ਗਰੀਬ ਲੋਕ 10ਵੇਂ ਮਹੀਨੇ ਦੇ ਮਹਿਕਮੇ ਨਾਲ ਆ ਰਹੇ ਨੇ ਪਾਏ ਆ ਮਰਦੇ ਪਾਏ ਆ ਵਿੱਚ ਇੱਕ ਦੋ ਜਿੱਥਾਂ ਵੀ ਕੀਤੀਆਂ ਛੋਟੇ ਛੋਟੇ ਬੱਚੇ ਆ ਕਿੱਥੇ ਲੈ ਕੇ ਜਾਈਏ ਮੁਤਾਜ ਬੀਬੀਆਂ ਭੈਣਾਂ ਬਾਜੀਆਂ ਸਾਡੀ परेशानी दे रहे ने जेडी टारगेट कर रहे ने गरीब लोग इन्हां दे घरां च आटा नहीं हैगा ये किते जा महकमे अगे पाकिस्तान दी हुकूमत अगे कलीयती भरपूर तरीके नाल तंजीमां अगे अपील करना कि साडी मदद कीती जाए अजी तकलीफ च ते फिर जा पाकिस्तान ने दो नंबर पाकिस्तान ने एक नंबर पाकिस्तान है जेड़ा कलीयता खूब खान रहा मैं मकामी भाजी हां पास्तवा इत्थे दा अपना हुकूमत पाकिस्तान की दरखास्त है कि साढ़े मसीहां दे मकान बचाए जाण साडा चर्च है सामने जी चर्च भी बचाया जाए क्योंकि अपना महकमा नहर के जो अफसरान ने सानू तीन चार महीने तो टॉर्चर कर रहे हैं बड़ा मसला जी बच्चे छोटे छोटे ने बच्चे लैके असीं कित्थे जाइए ਇਹ ਕਹਿੰਦੇ ਕਿ ਜਲਦੀ ਉਠੋ ਅੰਗਰੇਜ਼ ਦੌਰ ਦੇ ਰਹਿ ਰਹੇ ਨਹੀਂ ਸਾਡੇ ਵੱਡੇ ਇੱਥੇ 40 50 ਸਾਲ ਤੋਂ 50 60 ਸਾਲ ਤੋਂ ਅਸੀਂ ਇੱਥੇ ਰਹਿਸ਼ ਪਜ਼ੀਰ ਆ ਇੱਥੇ ਜਿਵੇਂ ਬੜੇ ਜਵਾਨ ਹੋਇਆ ਤੇ ਸਾਨੂੰ ਅੱਜ ਆ ਕੇ ਤੇ ਘਰੋਂ ਬੇਘਰ ਕਰਨ ਦੇ ਸੜਕ ਕੋਈ ਅਜ਼ਰੀਆ ਮਾਸ਼ ਐਸਾ ਨਹੀਂ ਕਿ ਅਸੀਂ ਘਰ ਬਣਾ ਸਕੀਏ ਸਾਡੇ ਕੋਈ ਜਗ੍ਹਾ ਨਹੀਂ ਹੈਗੀ ਕੋਈ ਐਸਾ ਮਸਲਾ ਕੋਈ ਪੈਸਾ ਧੇਲਾ ਨਹੀਂ ਵਕਤ ਨਾ ਵਕਤ ਦੇ ਵਕਤ ਅਸੀਂ ਰੋਟੀ ਦੀ ਪੂਰੀ ਕਰ ਰਹੇ ਹਾਂ ਲਿਹਾਜ਼ਾ ਇਹਨਾਂ ਨੂੰ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾਏ ਔਰ ਇਹਨਾਂ ਨਾਲ ਤਾਵਨ ਕੀਤਾ ਜਾਏ ਹਕੂਮਤ ਪਾਕਿਸਤਾਨ ਅੱਗੇ ਦਰਖਾਸਤ ਹੈ ਅਪੀਲ ਹੈ ਉਹਦੇ ਦੌਰਾਨ ਜਿਹੜੇ ਨੇ ਪਾਕਿਸਤਾਨ ਦੇ ਉਹਨਾਂ ਅੱਗੇ ਅਪੀਲ ਹੈ ਕਿ ਸਾਡੇ ਘਰ ਬਚਾਏ ਜਾਣ ਸਾਡਾ ਚਰਚ ਬਚਾਇਆ ਜਾਏ ਜਿਹਦੇ ਵਸੀਲੇ ਨਾਲ ਅਸੀਂ ਬੈਠੇ ਹਾਂ ਤੇ ਸਾਨੂੰ ਆਪਣਾ ਇਹ ਪਰੇਸ਼ਾਨੀ ਤੋਂ ਆਜ਼ਾਦ ਦਿੱਤੀ ਜਾਏ ਜੈ